ਪਿੰਡਾਂ ਦੇ ਵਿੱਚ ਲਗਭਗ ਇਸ ਟਾਈਮ 93 ਬੋਰੀਆਂ ਝੋਨੇ ਦੀਆਂ ਭਰੀਆਂ ਹੋਈਆਂ ਪਈਆਂ ਅਤੇ ਝੋਨਾ ਜਿੱਦਾਂ ਖਿਲਰਿਆ ਪਿਆ ਅਤੇ ਹੋਰ ਚੱਕਿਆਂ ਦੇ ਨਿਸ਼ਾਨ ਉੱਥੇ ਸਾਫ਼ ਬਾਜ਼ਾਰ ਹੁੰਦਾ ਵੀ ਘੱਟੋ ਘੱਟ 10,000 ਬੋਰੀ ਦਾ ਇਹ ਬੰਦਾ ਇੱਥੇ ਲਿਆ ਕੇ ਵਪਾਰ ਕਰ ਚੁੱਕਾ। ਇਸ ਤੋਂ ਇਲਾਵਾ 2600 ਬੋਰੀ ਖਾਲੀ ਵੀ ਪਈ ਆ, ਇਹਦਾ ਮਤਲਬ ਵੀ ਖਾਲੀ ਬੋਰੀ ਝੋਨਾ ਖਾਲੀ ਕਰਕੇ ਖਾਲੀ ਬੋਰੀਆਂ ਇੱਥੇ ਪਈਆਂ ਰਹਿ ਗਈਆਂ। ਇੱਥੇ ਕੰਡਾ ਵੀ ਪਿਆ, ਪੱਖਾ ਵੀ ਪਿਆ। ਇਹ ਕਰਦੇ ਕੀ ਹੈ, ਝੋਨਾ ਲਿਆ ਕੇ ਬਾਹਰੋਂ ਜਿਵੇਂ ਯੂਪੀ ਜਾਂ ਬਿਹਾਰ ਤੋਂ 12-13 ਫੁੱਟ ਝੋਨਾ ਮਿਲ ਜਾਂਦਾ, ਪੰਜਾਬ ਦੀਆਂ ਮੰਡੀਆਂ ਦੇ ਵਿੱਚ 1800 ਰੁਪਏ 1880 ਰੁਪਏ ਨੂੰ MSP ਰੇਟ 'ਤੇ ਵੇਚ ਦਿੰਦੇ ਆ, 500-600 ਰੁਪਇਆ ਪ੍ਰਤੀ ਕੁਇੰਟਲ ਦਾ ਮੁਨਾਫਾ ਕਮਾ ਰਹੇ ਆ। ਇਹਦੇ ਨਾਲ ਸਰਕਾਰ ਦੇ ਵਿੱਚ CCL ਵੱਧ ਲੈਣੀ ਪੈਂਦੀ ਆ, ਸਾਰੇ ਪ੍ਰਬੰਧ ਵੱਧ ਕਰਨੇ ਪੈਂਦੇ ਆ, ਸਰਕਾਰ ਨੂੰ ਬਹੁਤ ਜ਼ਿਆਦਾ, ਪੰਜਾਬ ਸਰਕਾਰ ਨੂੰ ਵੀ ਨੁਕਸਾਨ ਹੁੰਦਾ। ਇਸ ਤਰ੍ਹਾਂ ਇਹ ਆਪਣੇ ਆੜ੍ਹਤੀਆਂ ਨਾਲ ਰਲ ਕੇ ਕਈ ਸ਼ਲਮਾਂ ਰਲ ਕੇ ਪੰਜਾਬ ਸਰਕਾਰ ਨਾਲ ਧੋਖਾਧੜੀ ਕਰ ਰਿਹਾ ਹੁੰਦਾ। ਉਹਦੇ ਤਹਿਤ ਕਾਰਵਾਈ ਕਰਦੇ ਹੋਏ ਅਸੀਂ ਅੱਜ ਇਹਨੂੰ ਪਕੜਿਆ ਅਤੇ ਇਹਦੇ ਉੱਤੇ ਅਗਲੀ ਕਾਰਵਾਈ ਕਰਨ ਲਈ ਅਸੀਂ ਜਿਹੜੇ SHO ਥਾਣਾ ਸਿੱਟੀ ਨੰਬਰ 1 ਨੇ ਉਹਨਾਂ ਨੂੰ ਲਿਖ ਕੇ ਦੇ ਰਹੇ ਹਾਂ, ਇਹਨਾਂ ਦੇ ਪਰਚਾ ਕਰਨ ਲਈ ਅਤੇ ਅੱਗੇ ਤਫਤੀਸ਼ ਕਰਨ ਲਈ ਵੀ ਇਸ ਵਪਾਰ ਦੇ ਵਿੱਚ ਇਹਦੇ ਨਾਲ ਕੌਣ ਕੌਣ ਪਿੱਛੋਂ ਰਲਿਆ ਹੋਇਆ ਅਤੇ ਅੱਗੇ ਇਹਨੇ ਕਿਸ ਕਿਸ ਆੜ੍ਹਤੀ ਨੂੰ ਜਾਂ ਕਿਸ ਕਿਸ ਰਾਈਸ ਮਿਲਰ ਨੂੰ ਇਹਨੇ ਕਿਤੇ ਝੋਨਾ ਵੇਚਿਆ ਅਤੇ ਬੋਕਸ ਵਾਲੀ ਕਰਵਾਈ ਹੈ ਮੰਡੀਆਂ। ਇੱਕ ਸਰ ਪਿਛਲੇ ਟਾਈਮ ਦੇ ਵਿੱਚ ਯਾਨੀ ਕਿ ਮਾਛੀਵਾੜਾ ਵੀ ਫੜਿਆ ਗਿਆ, ਸਰਹੰਦ ਵੀ ਫੜਿਆ ਗਿਆ ਅਤੇ ਉਸਦੇ ਵਿੱਚ ਖੰਨੇ ਦੇ ਆੜ੍ਹਤੀ ਦਾ ਨਾਂ ਆਉਂਦਾ ਸੀਗਾ ਜੀ, ਉਸਦੇ ਖਿਲਾਫ਼ ਵੀ ਕਾਰਵਾਈ ਕਰਨ ਦੇ ਕੁਝ ਅਦਰ ਕੀਤੇ ਜਾਂ ਫੜੇ ਗਏ ਨੇ, ਉਹ ਵੀ ਕੌਣ ਹੈ? ਮੈਨੂੰ ਮੇਰਾ ਕਿਉਂਕਿ ਉਹਦੀ ਪੁਲਿਸ ਕਾਰਵਾਈ ਕਰ ਰਹੀ ਹੈ ਪਰ ਜਿੱਥੋਂ ਕਿ ਮੇਰੀ ਨੌਲੇਜ ਹੈ ਪੁਲਿਸ ਕਾਫ਼ੀ ਹੱਦ ਤੱਕ ਅੱਗੇ ਡੂੰਘਾਈ 'ਚ ਜਾ ਰਹੀ ਹੈ। ਉਹਨਾਂ ਨੇ ਸਾਰੇ ਆੜ੍ਹਤੀਆਂ ਦਾ ਰਿਕਾਰਡ ਮੰਗਿਆ, ਇਕੱਲੇ ਇਕੱਲੇ ਫਾਰਮਰ ਦਾ ਰਿਕਾਰਡ ਮੰਗਿਆ ਵੀ ਜਿਹੜੇ ਆੜ੍ਹਤੀਆਂ ਨੇ ਰਿਕਾਰਡ ਫਾਰਮਰ ਦੇ ਨਾਂ 'ਤੇ ਜ਼ਮੀਨ ਦਿਖਾਈ ਹੈ ਕਿ ਉਹਦੇ ਕੋਲ ਉਹਨਾਂ ਝੋਨਾ ਵੀ ਹੈ ਜਿੰਨੀ ਉਹਨੇ ਆਪਣੀ ਫਸਲ ਮੰਡੀ ਵਿੱਚ ਛੁੱਟੀ ਦਿਖਾਈ ਹੈ। ਉਹਦੀ ਪੁਲਿਸ ਕਾਰਵਾਈ ਕਰ ਰਹੀ ਹੈ ਮਾਛੀਵਾੜਾ ਦੇ ਵਿੱਚ, ਜਿੰਨੇ ਵੀ ਬੰਦੇ ਉਹਦੇ ਵਿੱਚ ਇਨਵੋਲਵ ਹੋਣਗੇ ਰਿਕਾਰਡ ਉਹ ਆਲਰੇਡੀ ਉਹਨਾਂ ਨੇ ਲੈ ਲਿਆ ਸਾਰਿਆਂ ਆੜ੍ਹਤੀਆਂ ਨੇ। ਬਾਕੀ ਜਾਣਕਾਰੀ ਤੁਹਾਨੂੰ ਮਾਛੀਵਾੜਾ ਜਿਹੜਾ SHO ਸੰਬੰਧਿਤ ਉਹ ਦੇ ਸਕਦਾ। ਸਰ ਫਿਲਹਾਲ ਕਿੰਨੀਆਂ ਕੁ ਜਿਹੜੀ ਹੈਗੀਆਂ ਬੋਰੀਆਂ ਪੱਲੀ? ਇਹਦੇ ਅੰਦਰ 3399 ਬੋਰੀਆਂ ਪਈਆਂ ਜੀ, ਹਰੇਕ ਲਗਭਗ 40 ਕਿਲੋ ਝੋਨਾ ਜੀ। ਅਤੇ ਜੋ ਉੱਥੇ ਆਪਾਂ ਗੋਦਾਮ ਦੀ ਸਿਚੁਏਸ਼ਨ ਦੇਖੀਏ, ਇਸ ਥੱਲੇ ਨਿਸ਼ਾਨ ਦੇਖੀਏ, ਤਾਂ ਘੱਟੋ ਘੱਟ 10,000 ਬੋਰੀਆਂ ਤਾਂ ਇਹ ਘੁਮਾ ਚੁੱਕਾ ਹੈ 10,000 ਬੋਰੀ ਝੋਨੇ ਦੀ। ਕਿਹੜੀ ਕਿਹੜੀ ਸਟੇਟ ਦੇ ਕੁਛ ਹੈ ਇਹਦੇ ਵਿੱਚ? ਇਹਦੇ ਝੋਨੇ ਆਪਾਂ ਬੋਰੀਆਂ ਦੇ ਅਸੀਂ ਮਾਰਕੇ ਦੇਖੇ ਆ, ਉਹਦੇ 'ਚ ਮੇਨਲੀ ਯੂਪੀ ਦਾ ਅਤੇ ਹਰਿਆਣੇ ਦੇ ਮਾਰਕੇ ਬੋਰੀਆਂ ਦੇ ਉੱਤੇ ਲੱਗੇ ਨੇ, ਯੂਪੀ ਸਰਕਾਰ ਅਤੇ ਹਰਿਆਣਾ ਸਰਕਾਰ। ਥੈਂਕ ਯੂ।